hauland agriculture group ਨੂੰ ਕਰੋ ਸਬਸਕ੍ਰਾਈਬ ਨੋਟੀਫਿਕੇਸ਼ਨ ਬੈਲ ਨੂੰ ਦਬੋ ਤਾਂ ਕਿ ਤੁਹਾਨੂੰ ਸਾਡੀਆਂ ਅਪਡੇਟਸ ਮਿਲ ਸਕਣ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਲੈ ਕੇ ਆਏ ਹਾਂ hauland 5520 ਦੀ ਦਾ ਸਾਰਾ ਰਿਵਿਊ ਤੇ ਇਹ ਟਰੈਕਟਰ ਜੋ ਕਿ ਬਹੁਤ ਹੀ ਜ਼ਿਆਦਾ ਕਿਸਾਨਾਂ ਦੀ ਡਿਮਾਂਡ ਦੇ ਉੱਤੇ ਕੰਪਨੀ ਵੱਲੋਂ ਤਿਆਰ ਕੀ ਕੀਤਾ ਗਿਆ ਹੈ ਤੇ ਇਸ ਟਰੈਕਟਰ ਦੀ ਬੈਸਟ ਸੇਲਿੰਗ ਤੇ ਹੋਣ ਕਰਕੇ ਇਹ ਟਰੈਕਟਰ ਦਾ ਨਾਮ ਬਹੁਤ ਹੈ ਇਹ ਟਰੈਕਟਰ ਦੋ ਵੇਰੀਐਂਟ ਦੇ ਵਿੱਚ ਆਉਂਦਾ ਹੈ ਟੂਵਰਡ ਤੇ ਫੋਰਵਰਡ ਇਹ ਟਰੈਕਟਰ ਦਾ ਜੋ ਇੰਜਣ ਹੈ ਉਹ ਤਿੰਨ ਸਿਲੰਡਰ ਦੇ ਵਿੱਚ 2300 RPM ਜਨਰੇਟ ਕਰਦਾ ਹੈ ਤੇ ਜੋ ਇਸਦੀ ਟਾਰਕ ਹੈ ਉਹ 206 BHP ਹੈ ਇਸ ਤੋਂ ਬਾਅਦ ਅਸੀਂ ਮੂਵ ਔਨ ਹੋਣ ਜਾਣ ਜਾ ਰਹੇ ਹਾਂ ਇਸ ਤੇ ਫਰੰਟ ਟਾਇਰ ਦੇ ਵੱਲ ਇਸ ਤੇ ਜੋ ਫਰੰਟ ਟਾਇਰ ਨੇ ਉਹ 750 16 ਅਤੇ ਜੋ ਇਸ ਤੇ ਬੈਕ ਵਾਲੇ ਟਾਇਰ ਨੇ ਉਹ 16 9 30 ਦੇ ਹਨ ਇਸ ਤੋਂ ਬਾਅਦ ਗੱਲ ਕਰਨ ਜਾ ਰਹੇ ਹਾਂ ਅਸੀਂ ਇਸ ਦੀ ਲਿਫਟ ਦੀ ਇਸ ਦੀ ਜੋ ਲਿਫਟ ਹੈ ਉਹ 2500 KG ਦੀ ਹੈ ਤੇ ਇਸ ਤੇ ਵਿੱਚ ਇੱਕ ਐਕਸਟਰਨਲ ਜੈਕ ਵੀ ਦਿੱਤਾ ਜਾ ਦਿੱਤਾ ਗਿਆ ਹੈ ਇਸ ਤੋਂ ਬਾਅਦ ਅਸੀਂ ਮੂਵ ਔਨ ਹੋਣ ਜਾ ਰਹੇ ਹਾਂ ਇਸ ਦੀ ਰੋਪ ਦੇ ਵੱਲ ਇਸ ਦੀ ਜੋ ਰੋਪ ਹੈ ਉਹ ਬਹੁਤ ਹੀ ਜ਼ਿਆਦਾ ਚੇਂਜ ਕਰ ਦਿੱਤੀ ਗਈ ਹੈ ਇਹ ਟਰੈਕਟਰ ਸਾਨੂੰ ਟੂਵਰਡ ਤੇ ਫੋਰਵਰਡ ਮੋਡਸ ਦੇ ਵਿੱਚ ਸਾਨੂੰ ਦੇਖਣ ਨੂੰ ਮਿਲ ਸਕਦਾ ਹੈ ਇਹ ਟਰੈਕਟਰ ਸਾਨੂੰ ਮਾਰਕੀਟ ਦੇ ਵਿੱਚ 65 HP ਦੇ ਵਿੱਚ ਅਵੇਲੇਬਲ ਹੈ ਤੇ ਇਸ ਤੋਂ ਬਾਅਦ ਅਸੀਂ ਗੱਲ ਕਰਦੇ ਹਾਂ ਇਸ ਟਰੈਕਟਰ ਦੀ ਪਰਫਾਰਮੈਂਸ ਜੋ ਕਿ ਬਹੁਤ ਹੀ ਵਧੀਆ ਹੈ ਤੇ ਇਸ ਟਰੈਕਟਰ ਨੂੰ ਕਈ ਕਹਿੰਦੇ ਹਨ ਇਹ ਟਰੈਕਟਰ ਨਹੀਂ ਹਾਥੀ ਆ ਇਹ ਟਰੈਕਟਰ ਚਲਾਉਣ ਦੇ ਵਿੱਚ ਬਹੁਤ ਹੀ ਜ਼ਿਆਦਾ ਆਰਾਮਦਾਇਕ ਹੈ ਤੇ ਅੱਜ ਦੀ ਵੀਡੀਓ ਦੇ ਵਿੱਚ ਬਸ ਇੰਨਾ ਹੀ ਲਾਸਟ ਦੇ ਵਿੱਚ ਸਬਸਕ੍ਰਾਈਬ ਕਰੋ ਸਾਡੇ ਚੈਨਲ ਨੂੰ